ਅੱਜ ਪੰਜਾਬ ਦੇ ਹੱਥ 'ਚ ਠੂਠਾ ਫੜਾਤਾ ਆ ਕਿ ਮੰਗੋ। ਤੁਸੀਂ ਆਪਣੀ ਕਿੱਡੀ ਕੁ ਆਧਾਰ ਸਮਝਦੇ ਹੋ ਜਾਂ ਤੁਸੀਂ ਕਿੰਨਾ ਕੁ ਆਪਣੇ ਆਪ ਦੀ, ਮੈਂ ਜੇ ਤੁਹਾਨੂੰ ਕੌੜਾ ਲੱਗੇਗਾ ਸ਼ਬਦ, ਆਪਣੀ ਹੈਸੀਅਤ ਜਾਂ ਔਕਾਤ ਲੈ ਕੇ ਚੱਲੇ ਹੋ ਰਾਜਨੀਤੀ ਦੇ ਖੇਤਰ 'ਚ? ਜੇ 315 ਕਾਲਜ ਖੁੱਲ੍ਹ ਗਏ ਨੇ ਅਤੇ ਉਹਨਾਂ 'ਚੋਂ ਅੱਧੇ ਅੱਜ ਬੰਦ ਹੋ ਗਏ ਨੇ, ਤੁਸੀਂ ਕਿੱਡਾ ਕੁ ਵਿਜ਼ਨ ਲੈ ਕੇ ਖੜੇ ਹੋ ਕਿ ਹਾਂ ਯਾਰ 2 ਜਾਂ 4 ਜਾਂ 5 ਜਾਂ 10 ਸਾਲ ਬਾਅਦ ਵੀ ਕੋਈ ਪੁੱਛੇਗਾ ਹਾਂ ਪੰਜਾਬ 'ਚ ਕੋਈ ਸਾਡਾ ਪੰਜਾਬ, ਸਾਂਝਾ ਪੰਜਾਬ ਹੈਗਾ? ਅੱਜ ਸਾਡੇ ਪੰਜਾਬੀਆਂ ਦਾ ਦਿਮਾਗ ਕਿੰਨਾ ਕੁ ਡਿਵੈਲਪ ਆ ਉਹ ਸਾਨੂੰ ਨਜ਼ਰ ਆ ਹੀ ਰਿਹਾ ਆ। ਪੰਜਾਬੀ ਲੱਗਦਾ ਯਾਰ 10ਵੀਂ ਤੋਂ ਬਾਅਦ ਮੇਰੇ ਬੱਚੇ ਲਈ ਇੱਥੇ ਚੱਜ ਦੀ ਪੜ੍ਹਾਈ ਨਹੀਂ ਹੈਗੀ। ਅੱਜ ਬੱਚਾ ਸਾਡਾ 10th 'ਚ ਬਾਅਦ ਚੋਂ ਹੁੰਦਾ ਆ, ਨਸ਼ਿਆਂ 'ਤੇ ਪਹਿਲਾਂ ਲੱਗ ਜਾਂਦਾ ਆ। ਕਿੰਨੇ ਕੁ ਜ਼ਿੰਮੇਵਾਰ ਆ, ਸਾਨੂੰ ਤਾਂ ਦਿਖਦਾ ਹੀ ਹੈ 11ਵੀਂ ਪੜ੍ਹੋ 12ਵੀਂ ਪੜ੍ਹੋ ਨਰਸਿੰਗ ਕਰੋ ਬਾਹਰ ਚੱਲ ਜਾਓ ਬਾਹਰ ਜਾ ਕੇ ਭਾਵੇਂ ਕਿਸੇ ਖੇਤ 'ਚ ਨੌਕਰੀ ਕਰ ਲਿਓ। ਸੋ ਜਦੋਂ ਵੀ ਚੁਣਾਵੀ ਫਿਜ਼ਾ ਹੁੰਦੀ ਹੈ ਤਾਂ ਅਨੇਕਾਂ ਪਾਰਟੀਆਂ ਜਨਮ ਲੈਂਦੀਆਂ ਨੇ। ਪੰਜਾਬ ਦੀ ਗੱਲ ਕਰੀਏ ਤਾਂ ਕਈ ਸ਼੍ਰੋਮਣੀ ਅਕਾਲੀ ਦਲ ਬਣੇ, ਕਈ ਕਾਂਗਰਸਾਂ ਬਣੀਆਂ, ਬਲਵੰਤ ਸਿੰਘ ਰਾਮੂ ਵਾਲੇ ਵਰਗੇ ਨੇ ਕਈ ਪਾਰਟੀਆਂ ਬਣਾਈਆਂ, ਪਰ ਅੱਜ ਸਾਰੀ ਕਿੱਥੇ ਨੇ? ਸ਼ਾਇਦ ਹਾਸ਼ੀਏ ਤੋਂ ਵੀ ਕਿਤੇ ਥੱਲੇ, ਲੱਭੇ 'ਤੇ ਵੀ ਨਾ ਲੱਭਣ, ਫਿਰ ਵੀ ਪਾਰਟੀਆਂ ਜੰਮਣ ਦਾ ਆਪਾਂ ਕਹਾਂਗੇ ਦੌਰ ਜਾਰੀ ਹੈ। ਇੱਕ ਨਵੀਂ ਪਾਰਟੀ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਾ ਨੇ ਜਨਮ ਲਿਆ ਗੁਰਦਾਸਪੁਰ ਤੋਂ, ਕਈ ਲੀਡਰ ਸਾਡੇ ਪੰਜਾਬ ਨੂੰ ਮਿਲੇ ਨੇ, ਇੱਕ ਨੌਜਵਾਨ ਸੁਖਦੇਵ ਸਿੰਘ ਉੱਠਿਆ, ਸਾਡਾ ਪੰਜਾਬ ਸਾਂਝਾ ਪੰਜਾਬ ਪਾਰਟੀ ਲੈ ਕੇ ਆਏ ਨੇ। ਗੱਲਬਾਤ ਕਰਦੇ ਹਾਂ, 30 ਜਾਂ 40 ਸਾਲ ਪਿੱਛੇ ਚੱਲ ਜਾਓ, ਬਥੇਰੀਆਂ ਹੀ ਪਾਰਟੀਆਂ ਜੰਮੀਆਂ, ਲੋਕ ਨਾਇਕ ਕਿਹਾ ਜੇ ਗਿਆ ਸੀ ਕਿਸੇ ਟਾਈਮ ਬਲਵੰਤ ਸਿੰਘ ਰਾਮੌਲੀਆ ਨੂੰ, ਅੱਜ ਲੱਭੇ ਤਾਂ ਨਹੀਂ ਲੱਭਦੇ, ਪਾਰਟੀ ਪਤਾ ਨਹੀਂ ਕਿੱਥੇ ਆ, ਕਿੰਨੇ ਹੀ ਸ਼੍ਰੋਮਣੀ ਅਕਾਲੀ ਦਲ ਬਣੇ, ਕਿੰਨੇ ਹੀ ਕਾਂਗਰਸਾਂ ਬਣ ਗਈਆਂ, ਜਿਹੜੇ ਚੀਫ ਮਿਨਿਸਟਰ ਤਾਂ ਰਹਿ ਗਏ ਉਹਨਾਂ ਦੀਆਂ ਪਾਰਟੀਆਂ ਦਾ ਕਿਤੇ ਪਤਾ ਨਹੀਂ। ਤੁਸੀਂ ਕਿੱਡਾ ਕੁ ਵਿਜ਼ਨ ਲੈ ਕੇ ਖੜੇ ਹੋ ਕਿ ਹਾਂ ਯਾਰ 2 ਜਾਂ 4 ਜਾਂ 5 ਜਾਂ 10 ਸਾਲ ਬਾਅਦ ਵੀ ਕੋਈ ਪੁੱਛੇਗਾ ਹਾਂ ਪੰਜਾਬ 'ਚ ਕੋਈ ਸਾਡਾ ਪੰਜਾਬ ਸਾਂਝਾ ਪੰਜਾਬ ਹੈਗਾ? ਨਹੀਂ ਜੀ, ਆਹ ਜਿਹੜੀ ਪਾਰਟੀ ਇਹ ਸਾਡਾ ਪੰਜਾਬ ਸਾਂਝਾ ਪੰਜਾਬ ਪਾਰਟੀ, ਇਹ ਕਿਸੇ ਖਿੱਤੇ ਦੀ ਪਾਰਟੀ ਨਹੀਂ, ਇਹ ਕਿਸੇ ਧਰਮ ਦੀ ਪਾਰਟੀ ਨਹੀਂ, ਇਹ ਕਿਸੇ ਘਰਾਣੇ ਦੀ ਪਾਰਟੀ ਨਹੀਂ, ਇਹ ਪੰਜਾਬ ਅਤੇ ਪੰਜਾਬੀਅਤ ਦੀ ਪਾਰਟੀ ਹੈ। ਅੱਜ ਪੰਜਾਬ ਜਿਸ ਦੌਰ ਤੋਂ ਗੁਜ਼ਰ ਰਿਹਾ ਆ ਉਹ ਸਾਡੇ ਨਾਲੋਂ ਬਿਹਤਰ ਆ ਤੁਸੀਂ ਮੀਡੀਆ ਵਾਲੇ ਜਾਣਦੇ ਹੋ, ਅਤੇ ਉਸ ਦੌਰ 'ਚੋਂ ਕੱਢਣ ਦੀ ਇਹ ਪਾਰਟੀ ਤਨਦੇਹੀ ਤੋਂ ਕੋਸ਼ਿਸ਼ ਕਰੇਗੀ ਜੀ। ਤੁਸੀਂ ਕਹਿ ਰਹੇ ਮੈਂ 5-7 ਸਾਲ UPSC ਦੀ ਤਿਆਰੀ ਕੀਤੀ, ਕਿਤਾਬਾਂ ਪੜ੍ਹੀਆਂ, ਪੰਜਾਬ 'ਚ ਵਿਚ ਰਿਹਾ, ਪੰਜਾਬ ਮੈਂ ਦੇਖ ਲਿਆ ਜੀ, ਸਾਡੇ ਪੰਜਾਬ 'ਚ ਕੀ ਰਹਿ ਗਿਆ ਜੀ? ਐਜੂਕੇਸ਼ਨ ਰਹੀ ਨਹੀਂ, ਕੈਂਸਰ ਰਹਿ ਗਈ ਹੈ, ਘਰਾਂ ਨੂੰ ਤਾਲੇ ਨੇ, ਅਤੇ ਕਹਿੰਦੇ ਨੇ ਅੰਦਰੋਂ ਚਿਣਗ ਹੋਣੀ ਚਾਹੀਦੀ ਹੈ ਕਿ ਆਪਣੇ ਅੰਦਰ ਚੇਟਕ ਹੋਏਗੀ ਤਾਂ ਹੀ ਅਸੀਂ ਫਿਕਰ ਕਰਾਂਗੇ। ਅਤੇ ਜੇ ਪੰਜਾਬੀ ਲੱਗਦਾ ਯਾਰ 10ਵੀਂ ਤੋਂ ਬਾਅਦ ਮੇਰੇ ਬੱਚੇ ਲਈ ਇੱਥੇ ਚੱਜ ਦੀ ਪੜ੍ਹਾਈ ਨਹੀਂ ਹੈਗੀ ਜਾਂ ਮੈਂ ਇੱਥੇ ਰਹਿਣਾ ਨਹੀਂ ਹੈ, ਅਸੀਂ ਲੋਕ ਆਪ ਕਿਵੇਂ, ਕਿੰਨੇ ਕੁ ਜ਼ਿੰਮੇਵਾਰ ਹਾਂ? ਸਾਨੂੰ ਤਾਂ ਦਿਖਦਾ ਹੀ ਹੈ 11ਵੀਂ ਪੜ੍ਹੋ 12ਵੀਂ ਪੜ੍ਹੋ ਨਰਸਿੰਗ ਕਰੋ ਬਾਹਰ ਚੱਲ ਜਾਓ ਬਾਹਰ ਜਾ ਕੇ ਭਾਵੇਂ ਕਿਸੇ ਖੇਤ 'ਚ ਨੌਕਰੀ ਕਰ ਲਿਓ, ਅਸੀਂ ਆਪ ਤਾਂ ਸੰਭਾਲ ਨਹੀਂ ਰਹੇ, ਦੋਸ਼ ਆਪਾਂ ਸਰਕਾਰਾਂ ਦੇ ਰਹੇ ਹਾਂ। ਨਹੀਂ, ਜੇ ਸਾਡੀ ਐਜੂਕੇਸ਼ਨ ਸਿਸਟਮ, ਐਜੂਕੇਸ਼ਨ ਪਾਲਿਸੀ ਸਾਡੀ ਚੰਗੀ ਹੋਵੇ ਤੇ ਸਾਨੂੰ ਵਧੀਆ ਪਲੇਟਫਾਰਮ ਮਿਲੇ ਤਾਂ ਸਾਡੇ ਬੱਚੇ 300 ਤੋਂ ਵੱਧ ਕਾਲਜ ਪੰਜਾਬ 'ਚ ਪਿਛਲੇ 15-20 ਸਾਲਾਂ 'ਚ ਖੁੱਲ੍ਹੇ ਨੇ। ਤੇ ਬੰਦ ਕਿੰਨੇ ਹੋ ਗਏ? ਜੇ 315 ਕਾਲਜ ਖੁੱਲ੍ਹ ਗਏ ਨੇ ਤੇ ਉਹਨਾਂ 'ਚੋਂ ਅੱਧੇ ਅੱਜ ਬੰਦ ਹੋ ਗਏ ਨੇ, ਕਿਉਂ? ਕਿਉਂਕਿ ਸਾਡਾ ਐਜੂਕੇਸ਼ਨ ਸਿਸਟਮ ਹੀ ਨਹੀਂ ਹੈਗਾ। ਮੈਂ ਪਹਿਲਾਂ ਕਹਿ ਰਿਹਾ ਸੀ ਸਾਡਾ ਐਜੂਕੇਸ਼ਨ ਸਿਸਟਮ ਕੋਲੈਪਸ ਹੋ ਗਿਆ, ਅਸੀਂ ਸਪੂਨ ਫਿਟਿੰਗ ਅੱਜ ਵੀ ਕਰ ਰਹੇ ਹਾਂ, ਅੱਜ ਡਿਜੀਟਲ ਦਾ ਜ਼ਮਾਨਾ ਹੈ, ਅੱਜ ਵੀ ਬੱਚਿਆਂ ਨੂੰ 2-1 ਦਾ 2, 2-2 ਦਾ 4, 2-3 ਦਾ 8 ਸਿਖਾ ਰਹੇ ਹਾਂ, ਉਹ ਸਮਾਂ ਨਹੀਂ। ਕਿਤੇ ਨਾ ਕਿਤੇ ਸਾਡਾ ਬਹੁਤ ਅੱਛੀ ਸਿੱਖਿਆ ਵਾਲੇ ਵੀ ਸਕੂਲ ਹੈਗੇ ਨੇ, ਪ੍ਰਾਈਵੇਟ ਜਿਹੜੇ ਜਿੰਨੇ ਖੁੱਲ੍ਹੇ ਹੋਏ ਨੇ, ਬੜੀ ਚੰਗੀ ਸਿੱਖਿਆ ਦੇ ਰਹੇ ਨੇ, ਪੇਪਰਲੈਸ ਨੇ, ਬੁੱਕਲੈਸ ਨੇ, ਕਾਪੀਲੈਸ ਨੇ, ਉਹ ਬਹੁਤ ਘੱਟ ਨੇ, ਮਾਡਰਨਾਈਜੇਸ਼ਨ ਐਜੂਕੇਸ਼ਨ ਦੇ ਰਹੇ ਆ ਉਹ ਬਹੁਤ ਘੱਟ ਨੇ। ਅੱਜ ਸਾਡੇ ਪੰਜਾਬੀਆਂ ਦਾ ਦਿਮਾਗ ਕਿੰਨਾ ਕੁ ਡਿਵੈਲਪ ਆ ਉਹ ਸਾਨੂੰ ਨਜ਼ਰ ਆ ਹੀ ਰਿਹਾ ਆ। ਅੱਜ ਬੱਚਾ ਸਾਡਾ 10th 'ਚ ਬਾਅਦ ਚੋਂ ਹੁੰਦਾ ਆ, ਨਸ਼ਿਆਂ 'ਤੇ ਪਹਿਲਾਂ ਲੱਗ ਜਾਂਦਾ ਆ।
ਸਾਡੀ ਨੌਜਵਾਨੀ ਕੋਲ ਵਿਜ਼ਨ ਹੀ ਨਹੀਂ ਹੈਗਾ। ਜੇ ਸਾਡੇ ਕੋਲ ਵਿਜ਼ਨ ਆ ਤਾਂ ਕਿਤੇ ਨਾ ਕਿਤੇ ਨਸ਼ੇ ਵਾਲੀਆਂ ਛੋਟੇ ਮੋਟੇ ਚੀਜ਼ਾਂ ਤਾਂ ਬਹੁਤ ਦੂਰ ਆ ਜਾਣਗੀ। ਨਹੀਂ ਤਾਂ ਇਹ ਘਰਦਿਆਂ ਨੇ ਨਹੀਂ ਸੋਚਣਾ ਹੁੰਦਾ, ਕਿਉਂਕਿ ਕਈ ਸਕੂਲ ਇਹੋ ਜਿਹੇ ਨੇ ਜਿੱਥੇ ਬੱਚਾ ਦਾਖਲ ਕਰਾਉਣ ਜਾਓ ਨਾ, ਉਹ ਮਾਪਿਆਂ ਦੀ ਇੰਟਰਵਿਊ ਲੈਂਦੇ ਕਿ ਜੋ ਅਸੀਂ ਬੱਚੇ ਨੂੰ ਇੱਥੇ ਪ੍ਰੋਵਾਈਡ ਕਰਾਂਗੇ ਤੁਹਾਡੇ ਘਰ ਦਾ ਮਾਹੌਲ ਹੈ, ਤੁਸੀਂ ਉਹ ਜੀ ਸਿੱਖਿਆ ਦਿਓਗੇ। ਜੇ ਅਸੀਂ ਆਪ ਹੀ ਕਿੰਨੇ ਕੇਸ ਆਉਂਦੇ ਨੇ, ਪਿੰਡ ਦਾ ਸਰਪੰਚ ਹੈ ਜੀ ਫ੍ਰੀ 'ਚ ਰਾਸ਼ਨ ਲੈ ਰਿਹਾ ਜੀ, ਸਾਡੀ ਆਪਣੀ ਸੋਚ ਤਾਂ ਇਸ ਤੋਂ ਉੱਪਰ ਗਈ ਨਹੀਂ ਹੈਗੀ, ਦੋਸ਼ ਅਸੀਂ ਸਰਕਾਰਾਂ ਦੇ ਦਈਏ। ਤੁਹਾਡਾ ਆਪਣਾ ਵਿਜ਼ਨ ਕੀ ਹੈ ਕਿ ਮੈਂ ਬੱਚੇ ਨੂੰ ਚੱਜਦਾ ਪੜ੍ਹਾਉਣਾ ਹੈ, ਕਿ ਯਾਰ ਚਲੋ ਮੈਂ ਮਜ਼ਦੂਰੀ ਕਰਦਾ ਫਿਰ ਮੈਂ ਦੋ ਪੈਸੇ ਜੋੜ ਕੇ ਬੱਚੇ ਨੂੰ ਵਧੀਆ ਸਿੱਖਿਆ ਦਊਂਗਾ, ਤੁਸੀਂ ਉਸ ਵੱਲ ਜਾਣਾ ਹੀ ਨਹੀਂ ਚਾਹੁੰਦੇ। ਆਪਾਂ ਉਲਝ ਗਈ, ਫ੍ਰੀ ਦੀਆਂ ਦਾਲਾਂ, ਫ੍ਰੀ ਦੇ ਚੌਲ, ਫ੍ਰੀ ਦੀ ਕਣਕ 'ਚ ਰਹਿ ਗਏ ਆ। ਜਿਹੜੀਆਂ ਫ੍ਰੀ ਬੀਜ ਜਿਹੜੀਆਂ ਹੁੰਦੀਆਂ, ਫ੍ਰੀ ਦੀਆਂ ਦਾਲਾਂ, ਫ੍ਰੀ ਦੀਆਂ ਕਣਕ, ਫ੍ਰੀ ਦੀਆਂ ਸ਼ਰਾਬਾਂ ਚੋਣਾਂ ਵੇਲੇ, ਬਿਲਕੁਲ ਡੈਫੀਨੇਟਲੀ। ਅੱਜ ਪੰਜਾਬ ਦੇ ਹੱਥ 'ਚ ਠੂਠਾ ਫੜਾਤਾ ਆ ਕਿ ਮੰਗੋ, ਅਤੇ ਅਸੀਂ ਆਪ ਨਹੀਂ ਜ਼ਿੰਮੇਵਾਰ, ਅਸੀਂ ਛੋਟੇ ਛੋਟੇ ਲਾਲਚਾਂ 'ਚ ਫਸੇ ਹੋਏ ਹਾਂ। ਇਹ ਇਸ ਦੇ ਵਿੱਚ ਅਸੀਂ ਪੰਜਾਬ ਦਾ ਪਿਛੋਕੜ ਦੇਖੀਏ ਨਾ, ਅਸੀਂ ਲੋਕ ਮਿੱਟੀ ਤੋਂ ਨਿਕਲੇ ਹੋਏ ਲੋਕ ਹਾਂ, ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਐਜੂਕੇਸ਼ਨ ਦਾ ਨਹੀਂ ਸੀਗਾ ਪਤਾ, ਉਹ ਕਿਰਤ ਕਰਕੇ ਹੱਥੀਂ ਮਿਹਨਤਾਂ ਕਰਕੇ ਹੱਥੀਂ ਹਲ ਵਾਹ ਕੇ ਉੱਭਰੇ ਸੀਗੇ। ਉਹਨਾਂ ਨੂੰ ਜੇ ਕੋਈ ਹੌਸਲਾ ਦੇ ਦਿੰਦੇ ਸੀ ਕਿ ਯਾਰ ਕਿ ਤੂੰ ਮੇਰੇ ਨਾਲ ਚੱਲ, ਤੇਰੇ 'ਤੇ ਆ ਮੈਂ ਤੇਰਾ ਸਾਥ ਦੇਵਾਂਗਾ, ਤਾਂ ਉਹ ਯਕੀਨ ਕਰਕੇ ਤੁਰ ਪੈਂਦੇ ਸੀਗੇ, ਉਹ ਆਪਣਾ ਘੱਟ ਅਤੇ ਦੂਜਿਆਂ ਦਾ ਧਿਆਨ ਜ਼ਿਆਦਾ ਰੱਖਦੇ ਸੀਗੇ। ਰਹੀ ਗੱਲ ਤੁਸੀਂ ਕਿ ਆ ਸਾਡੇ ਮਾਂ ਪਿਓ ਨੂੰ ਫਿਕਰ ਹੈਗਾ ਕਿ ਨਹੀਂ ਹੈਗਾ, ਅੱਜ ਜੇ ਤੁਸੀਂ ਪੜ੍ਹੇ ਲਿਖੇ ਹੋ ਜਾਂ ਤੁਹਾਡੇ ਆਉਣ ਵਾਲੀ ਜਨਰੇਸ਼ਨ ਦੇ ਬੱਚੇ ਮਾਂ ਪਿਓ ਪੜ੍ਹੇ ਲਿਖੇ ਨੇ, ਤਾਂ ਉਹ ਬੱਚਿਆਂ ਨੂੰ ਡੈਫੀਨੇਟਲੀ ਇੱਕ ਕੁਆਲਿਟੀ ਆਫ ਐਜੂਕੇਸ਼ਨ ਦੇਣਗੇ, ਨੋਟ ਐਜੂਕੇਸ਼ਨ, ਕੁਆਲਿਟੀ ਆਫ ਐਜੂਕੇਸ਼ਨ। ਮਾਪਿਆਂ ਨੂੰ ਲੱਗਦਾ ਨਾ ਯਾਰ ਕਿ ਮੈਂ ਬੱਚੇ ਨੂੰ ਇੱਥੇ 12ਵੀਂ ਪੜ੍ਹਾ ਕੇ ਜਾਂ BA ਪੜ੍ਹਾ ਕੇ ਮੈਂ ਬਾਹਰ ਭੇਜਾਂਗਾ, ਫਿਰ ਜਾ ਕੇ ਪੜ੍ਹੇਗਾ, ਮੈਂ 10ਵੀਂ ਤੋਂ ਬਾਅਦ ਇਹਨੂੰ ਬਾਹਰ ਕੱਢ ਦਿੰਦਾ। ਅਸੀਂ ਲੱਗਦੇ ਨਹੀਂ ਕਿ ਪੰਜਾਬ 'ਚ ਕੁਛ ਰਹਿ ਗਿਆ ਵਿਜ਼ਨ। ਫੋਰ ਐਗਜ਼ਾਮਪਲ, ਕੋਈ 25 ਲੱਖ, 30 ਲੱਖ, 35 ਲੱਖ ਲਾ ਕੇ ਬੱਚਾ ਬਾਹਰ ਭੇਜਿਆ, ਅਸੀਂ ਇੱਥੇ ਕਾਰੋਬਾਰ ਕਰਾਈਏ, ਨਹੀਂ ਚੱਲੇਗਾ ਉਹਦਾ? ਤੁਸੀਂ ਲੋਕ ਫੌਰਨ ਨੂੰ ਸਵਰਗ ਸਮਝ ਰਹੇ? ਨਹੀਂ ਜੀ, ਇਸ ਚੀਜ਼ ਦਾ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ। ਥੋੜ੍ਹੇ ਦਿਨ ਪਹਿਲਾਂ ਹੀ ਪ੍ਰੋਟੈਸਟ ਹੋਇਆ ਸੀਗਾ ਕੈਨੇਡਾ ਦੇ ਵਿੱਚ, ਬੱਚੇ ਕਹਿ ਰਹੇ ਸੀਗੇ ਕਿ ਸਾਨੂੰ ਘਰੇ ਬਿਠਾ ਕੇ ਔਨਲਾਈਨ ਕਲਾਸਿਸ ਲੈਂਦੇ ਨੇ ਅਤੇ ਵੱਡੀਆਂ ਰਕਮਾਂ ਸਾਡੇ ਕੋਲ ਫੀਸਾਂ ਦੀਆਂ ਲੈ ਲੈਂਦੇ ਨੇ, ਬਿਲਕੁਲ ਠੀਕ ਹੈ, ਅਤੇ ਸਾਨੂੰ ਘਰ ਬਹਿ ਕੇ ਉਹ ਐਜੂਕੇਸ਼ਨ ਨਹੀਂ ਮਿਲਦੀ ਜਿਹੜੀ ਸਾਨੂੰ ਉੱਥੇ ਜਾ ਕੇ ਮਿਲ ਜਾਣੀ ਆ। ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਫੋਰਨ ਕੰਟਰੀ ਦੇ ਵਿੱਚ ਵੀ। ਫੋਰਨ ਕੰਟਰੀ ਦੇ ਵਿੱਚ 60% ਇਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ, ਕਾਲਜਿਸ ਨੇ ਜਿਹੜੇ ਕਿ ਸਿਰਫ ਅਤੇ ਸਿਰਫ ਪੰਜਾਬ ਦਾ ਪੈਸਾ ਜਾਂ ਇੰਡੀਆ ਦਾ ਪੈਸਾ ਆਪਣੀ ਕੰਟਰੀ ਨੂੰ ਦੇ ਰਹੇ ਨੇ। ਉਹ ਤਾਂ ਫਿਰ ਐਜੂਕੇਸ਼ਨ ਥੋੜ੍ਹਾ ਦੇ ਰਹੇ, ਤਾਂ ਮਨੀ ਮਾਈਂਡਡ ਹੋ ਗਏ ਨਾ, ਪੈਸਾ ਕਮਾ ਰਹੇ। ਦੈਟਸ ਆਲ ਕਾਲਡ ਮਨੀ ਮਾਈਂਡਡ। ਕਿ ਜਦੋਂ ਇਹ ਚੀਜ਼ ਸਾਡੇ ਪੰਜਾਬ ਨੂੰ, ਅੱਜ ਨਹੀਂ ਤਾਂ ਕੁਝ ਸਮੇਂ ਬਾਅਦ ਸਮਝ ਜ਼ਰੂਰ ਆਏਗੀ, ਜਦੋਂ ਇਹ ਸਾਡੇ ਪੰਜਾਬ ਨੂੰ ਸਮਝ ਆਏਗੀ ਫਿਰ ਪਤਾ ਲੱਗਿਆ ਕਿ ਇੱਕ ਐਜੂਕੇਸ਼ਨ ਕੀ ਆ, ਫਿਰ ਉਹਨਾਂ ਵਿੱਚੋਂ ਇੱਕ ਬੱਚਾ ਉੱਠ ਕੇ ਆਏਗਾ ਕਿ ਨਹੀਂ ਸੁਖਦੇਵ ਸਿੰਘ ਜੀ ਕਿ ਮੈਂ ਤੁਹਾਡੇ ਨਾਲ ਹਾਂ, ਮੈਂ ਇਸ ਤਰ੍ਹਾਂ ਦਾ ਐਜੂਕੇਸ਼ਨ ਸਿਸਟਮ ਖੜਾ ਕਰਨਾ ਆ, ਇਸ ਤਰ੍ਹਾਂ ਦੀਆਂ ਪੋਲਿਸੀਜ਼ ਖੜੀਆਂ ਕਰਨੀਆਂ ਜਾਂ ਉਹ ਪੰਜਾਬ ਨੂੰ ਨਵੀਂ ਸੇਧ ਦੇ ਸਕਣ। ਐਂਡ ਰਹੀ ਗੱਲ ਤੁਹਾਡੀ ਕਿ ਮੇਰੇ ਵਿਜ਼ਨ ਦੀ, ਆਉਣ ਵਾਲੇ ਸਮੇਂ ਦੇ ਵਿੱਚ ਐਸੀ ਲੀਡਰਸ਼ਿਪ ਦੇਵਾਂਗੇ ਪੰਜਾਬ, ਈਵਨ ਦੈਟ ਇੰਡੀਆ ਨੂੰ, ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੇ ਸਾਇੰਟਿਸਟ ਜਿਹੜੇ ਅੱਜ ਤੱਕ ਪੰਜਾਬ 'ਚੋਂ ਬੜੇ ਘੱਟ ਗਿਣਤੀ 'ਚੋਂ ਨਿਕਲੇ ਹੋਣਗੇ, ਮੈਨੂੰ ਲੱਗਦਾ, ਮੈਨੂੰ ਤਾਂ ਕਈਆਂ ਦੇ ਨਾਮ ਵੀ ਨਹੀਂ ਪਤਾ ਕਿ ਸ਼ਾਇਦ ਤੁਹਾਨੂੰ ਵੀ ਨਾ ਪਤਾ ਹੋਣ, ਕਿ ਇਸ ਤਰ੍ਹਾਂ ਦੇ ਸਾਇੰਟਿਸਟ ਅਤੇ ਇੰਜੀਨੀਅਰ ਦੇਵਾਂਗੇ ਜਿਹੜਾ ਵਰਲਡ ਲੈਵਲ 'ਤੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨਗੇ। 100 ਸਾਲ ਕਹੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਮਰ, ਹੈ ਨਾ, 1925 'ਚ ਕਿਤੇ ਬਣੀ ਸੀ, 2025 1920 ਹੈ ਨਾ, 2020 ਵੀ ਲੰਘ ਗਿਆ ਅਤੇ 105 ਸਾਲ ਦੀ ਉਮਰ ਹੋ ਗਈ। ਉਹ ਪਾਰਟੀ ਅੱਜ ਹਾਸ਼ੀਏ 'ਤੇ ਬੈਠੀ ਹੈ, 0 ਹੈ, 100 ਸਾਲਾਂ ਦੇ ਸਮੇਂ 'ਚੋਂ ਪੰਜਾਬ ਤੋਂ ਬਾਹਰ ਨਹੀਂ ਟੱਪ ਸਕੀ। ਤੁਸੀਂ ਆਪਣੀ ਕਿੱਡੀ ਕੁ ਆਧਾਰ ਸਮਝਦੇ ਹੋ, ਜਾਂ ਤੁਸੀਂ ਕਿੰਨਾ ਕੁ ਆਪਣੇ ਆਪ ਦੀ, ਮੈਂ ਜੇ ਇਹ ਤੁਹਾਨੂੰ ਕੌੜਾ ਲੱਗੇਗਾ ਸ਼ਬਦ, ਆਪਣੀ ਹੈਸੀਅਤ ਜਾਂ ਔਕਾਤ ਲੈ ਕੇ ਚੱਲੇ ਹੋ ਰਾਜਨੀਤੀ ਦੇ ਖੇਤਰ 'ਚ? ਐਜੂਕੇਸ਼ਨ ਦੀ ਕੋਈ ਹੈਸੀਅਤ ਅਤੇ ਔਕਾਤ ਨਹੀਂ ਹੁੰਦੀ, ਨਹੀਂ ਪਾਰਟੀ ਦੀ ਗੱਲ ਕਰ ਰਿਹਾ, ਐਜੂਕੇਸ਼ਨ ਦੀ ਨਹੀਂ ਕਰ ਰਿਹਾ। ਰਹੀ ਗੱਲ ਪਾਰਟੀ ਦੀ, ਉਹ ਸਮਾਂ ਹੋਰ ਸੀਗਾ, ਅੱਜ ਡਿਜੀਟਲ ਸਮਾਂ ਆ, ਅੱਜ ਸਮਾਂ ਡਿਜੀਟਲ ਪੋਲੀਟਿਕਸ ਦਾ ਆ। ਉਸ ਟਾਈਮ ਪੰਜਾਬ ਦੇ ਮੁੱਦੇ ਹੋਰ ਸੀਗੇ, ਅੱਜ ਪੰਜਾਬ ਦੇ ਮੁੱਦੇ ਹੋਰ ਨੇ। ਮੁੱਦੇ ਤਾਂ ਹੋਈ ਸੀ ਰੋਜ਼ਗਾਰ, ਨੌਜਵਾਨਾਂ ਨੂੰ ਆਪਣਾ ਇੱਥੇ ਕਾਰੋਬਾਰ, ਸਿੱਖਿਆ, ਚੰਗੀ ਸਿਹਤ ਸੁਵਿਧਾਵਾਂ, ਸਿਹਤ ਦੀਆਂ, ਖਿਡਾਰੀਆਂ ਨੂੰ ਸੁਵਿਧਾਵਾਂ, ਮੁੱਦੇ ਤਾਂ ਹਮੇਸ਼ਾ ਹੀ ਹੁੰਦੇ ਨੇ। ਸ਼੍ਰੋਮਣੀ ਅਕਾਲੀ ਦਲ 100 ਜਿੰਨੇ ਵੀ ਤੁਸੀਂ ਕਹਿ ਰਹੇ ਹੋ 105 ਸਾਲਾਂ ਦੀ ਹੋ ਕੇ ਵੀ ਪੰਜਾਬ ਨੂੰ ਲੀਹ 'ਤੇ ਨਹੀਂ ਲੈ ਕੇ ਆ ਸਕੀ, ਅਤੇ ਕੀ ਗੱਲ ਆਉਣ ਵਾਲੇ ਸਮੇਂ 'ਚ ਲੈ ਕੇ ਆ ਜਾਏਗੀ?
ਸਵਾਲ ਤਾਂ ਇਹ ਹੈ ਨਾ ਫਿਰ ਉਹ ਲੀਡਰ ਤਾਂ ਉਹੀ ਹੈ ਨਾ, ਉਹ ਆਪਣੇ ਤੱਕ ਸੀਮਿਤ ਹੋ ਕੇ ਰਹਿ ਜਾਂਦੇ ਆ, ਉਹਨਾਂ ਨੂੰ ਆਪਣਾ ਮੁਨਾਫਾ ਦਿਖਦਾ, ਉਹ ਸੂਬੇਵਾਰ ਤਾਂ ਸੋਚਦਾ ਹੀ ਨਹੀਂ ਹੈ। ਇਸੇ ਕਰਕੇ ਤਾਂ ਮੈਂ ਕਹਿ ਰਿਹਾ ਕਿ ਐਸੀ ਲੀਡਰਸ਼ਿਪ ਖੜੀ ਕਰਾਂਗੇ ਅਸੀਂ, ਐਸੀ ਲੀਡਰਸ਼ਿਪ ਖੜੀ ਕਰਾਂਗੇ ਜਿਨ੍ਹਾਂ ਨੂੰ ਕੁਰਸੀ ਨਾਲ ਪਿਆਰ ਨਾ ਹੋਏ। ਤੁਸੀਂ ਗੁਰਦਾਸਪੁਰ ਦੇ ਹੋ, ਸੁਖਜਿੰਦਰ ਰੰਧਾਵਾ, ਰਮਨ ਬਹਿਲ, ਉਹਨਾਂ ਦੇ ਪਿਤਾ ਜੀ ਖੁਸ਼ਹਾਲ ਬਹਿਲ, ਤੁਹਾਡੇ ਉਹ ਮਾਸਟਰ ਸੇਵਾ ਸਿੰਘ ਸੇਖਵਾਂ, ਕਿੰਨੇ ਹੀ ਲੀਡਰ ਜਿਹੜੇ ਹੈਗੇ ਨੇ ਉੱਥੋਂ ਜੰਮੇ ਹੈਗੇ ਨੇ, ਹਰ ਪਾਰਟੀ 'ਚ ਹੋਣਗੇ, ਭਾਜਪਾ ਦੇ ਵੀ ਹੋਣਗੇ, ਗੁਰਦਾਸਪੁਰ 'ਚ ਅਕਾਲੀ ਦਲ ਦੇ ਵੀ, ਕਾਂਗਰਸ ਦੇ ਵੀ, ਉਹਨਾਂ ਨੇ ਕਿੰਨਾ ਗੁਰਦਾਸਪੁਰ ਨੂੰ ਚੱਕਤੇ ਜਾ ਕੇ ਦੇਖੋ। ਮੈਂ ਇਸੇ ਲਈ ਚੱਕਿਆ ਗਿਆ, ਮੈਂ ਤੁਹਾਨੂੰ ਕਹਿ ਰਿਹਾ ਨਾ, ਜਾ ਕੇ ਦੇਖੋ ਉੱਥੇ ਗੁਰਦਾਸਪੁਰ ਦੇ ਹਾਲਾਤ ਕੀ ਨੇ। ਅੱਜ ਗੁਰਦਾਸਪੁਰ ਦੇ ਵਿੱਚ ਤੁਸੀਂ ਪਿੰਡਾਂ 'ਚ ਚੱਲੇ ਜਾਓ ਕਿ ਉੱਥੋਂ ਦੇ ਹਾਲਾਤ ਦੇਖ ਲਓ, ਮਾਵਾਂ ਕੀਰਨੇ ਪਾਉਂਦੀਆਂ ਨੇ ਕਿ ਮੇਰੇ ਪੁੱਤ ਨੂੰ ਨਸ਼ੇ ਵੀ 23 ਸਾਲ ਹੋ ਗਏ। ਆਪਾਂ ਲਾ ਕੇ ਚੱਲੀਏ, ਜੇ ਕੋਈ ਅੱਤਵਾਦੀਆਂ ਲਿਸਟ ਬਣਦੀ ਹੈ, ਗੁਰਦਾਸਪੁਰ ਜ਼ਿਲ੍ਹੇ ਨਾਲ ਸਭ ਤੋਂ ਪਹਿਲਾਂ ਆਉਂਦਾ ਉਹਦੇ, ਡੈਫੀਨੇਟਲੀ ਪਹਿਲੇ ਨੰਬਰ 'ਤੇ ਆਉਂਦਾ ਆ। ਕਿਉਂ ਆਉਂਦਾ ਆ ਨਾ ਜੀ, ਮੈਂ ਇਸੇ 'ਤੇ ਕਹਿ ਰਿਹਾ ਕਿ ਜਿਹੜਾ ਵੀ ਕੋਈ ਉੱਠਦਾ ਆ ਸਾਨੂੰ ਉਂਗਲ ਲਾ ਕੇ ਪੁੱਠੇ ਪਾਸੇ ਤੋਰ ਕੇ ਲੈ ਜਾਂਦਾ ਆ, ਬ੍ਰੇਨ ਵਾਸ਼। ਠੀਕ, ਬ੍ਰੇਨ ਡਰੇਨ ਮੈਂ ਪਹਿਲਾਂ ਕਹਿ ਰਿਹਾ ਕਿ ਬ੍ਰੇਨ ਡਰੇਨ ਪੰਜਾਬ ਉੱਜੜ ਰਿਹਾ। ਮੈਂ ਕਾਫੀ ਪ੍ਰੋਟੈਸਟ ਕੀਤੇ ਨੇ ਕਿਉਂਕਿ ਮੈਂ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਸੀਗਾ, ਮੈਨੂੰ ਵੀ ਕਿਸੇ ਨੇ ਸਲਾਹ ਦਿੱਤੀ ਕਿ ਯਾਰ ਸੋਸ਼ਲ ਮੀਡੀਆ 'ਤੇ ਐਕਟਿਵ ਆ, ਅੱਜ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ। ਫਿਰ ਮੈਂ ਕਿਤੇ ਨਾ ਕਿਤੇ ਮੀਡੀਆ ਦੀ ਹੈਲਪ ਲਈ, ਅਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਗੁਰਦਾਸਪੁਰ ਦੀ, ਗੁਰਦਾਸਪੁਰ 'ਚ ਤੁਸੀਂ ਜਾ ਕੇ ਦੇਖੋ ਕਿ 84 ਦੇ ਵਿੱਚ ਸਮਾਂ ਕੀ ਸੀਗਾ, 47 ਦੇ ਵਿੱਚ ਕੀ ਸਮਾਂ ਸੀਗਾ, ਅੱਜ ਉੱਥੇ ਕੀ ਸਮਾਂ ਆ। ਮੈਨੂੰ ਤਾਂ ਲੱਗਦਾ ਜੇ ਡੇਰਾ ਬਾਬਾ ਨਾਨਕ 'ਚ ਗੁਰਦੁਆਰਾ ਸਾਹਿਬ ਨਹਾਉਂਦਾ ਤਾਂ ਸ਼ਾਇਦ ਕੁਛ ਵੀ ਨਹਾਉਂਦਾ ਉੱਥੇ, ਇੱਕ ਬਹੁਤ ਵੱਡਾ ਸੋਰਸ ਆਫ ਇਨਕਮ ਹੈ ਡੇਰਾ ਬਾਬਾ ਨਾਨਕ ਦਾ ਗੁਰਦੁਆਰਾ ਉੱਥੇ। ਮੈਂ ਉੱਥੋਂ ਨਿਕਲ ਕੇ ਆਇਆ, ਬੇਸ਼ੱਕ ਮੈਨੂੰ ਉੱਥੋਂ ਦੇ ਲੋਕ ਜਾਣਦੇ ਨੇ ਜਾਂ ਨਹੀਂ ਜਾਣਦੇ, ਬਟ ਉੱਥੋਂ ਦੀਆਂ ਜਿਹੜੀਆਂ ਤਕਲੀਫਾਂ ਨੇ, ਉੱਥੋਂ ਦੇ ਪਿੰਡਾਂ ਦੀਆਂ, ਬੇਟ ਦਾ ਇਲਾਕਾ ਹੋ ਗਿਆ, ਉਹ ਕੰਨਵਣ ਹੋ ਗਿਆ, ਸ਼ੰਭ ਹੋ ਗਈ, ਉੱਥੇ ਜਾ ਕੇ ਤੇ ਦੇਖੋ ਯਾਰ, ਅੱਜ ਵੀ ਉੱਥੋਂ ਦੇ ਕੀ ਕਹਿੰਦੇ ਨੇ, ਕਿੰਨੀ ਸੋਹਣੀ 6-6, 7-7 ਫੁੱਟ ਦੇ ਮੁੰਡੇ ਦਿਹਾੜੀਆਂ ਕਰ ਰਹੇ ਨੇ। ਕੀ ਗੱਲ, ਵਾਲੀਬਾਲ ਬਾਸਕਿਟਬਾਲ ਨਹੀਂ ਸਾਡੇ ਕੋਲ ਹੈਗੀ? ਠੀਕ, ਸਾਡੇ ਕੋਲ ਹੈ ਕੀ? ਮੈਂ ਪਹਿਲਾਂ ਹੀ ਕਹਿ ਰਿਹਾ ਕਿ ਸਾਡੇ ਕੋਲ ਰਿਹਾ ਕੀ ਆ? ਜੇ ਅੱਜ ਵੀ ਨਾ ਅਸੀਂ ਉੱਠੇ ਤਾਂ ਡੈਫੀਨੇਟਲੀ ਤੁਸੀਂ ਅੱਜ ਕੱਲ੍ਹ ਤੁਸੀਂ ਮੇਰੀ ਨੋਟ ਕਰ ਲਓ ਕਿ ਆਉਣ ਵਾਲੇ 10 ਸਾਲਾਂ ਦੇ ਬਾਅਦ ਦੇਖ ਲਓ ਕਿ ਪੰਜਾਬ ਦਾ ਹਾਲਾਤ ਕੀ ਬਣ ਜਾਣਾ ਆ। ਸੋ ਜਿੱਦਾਂ ਕਿਹਾ ਜਾਂਦਾ, ਕਹਿੰਦਾ ਵੀ ਭੁੱਖੇ ਭੇਟ ਨਾ ਭਜਨ ਗੋਪਾਲਾ, ਇਹ ਪਈ ਤੇਰੀ ਕਾਠ ਦੀ ਮਾਲਾ, ਵੀ ਭੁੱਖੇ ਢਿੱਡ ਦਾ ਕੀਰਤਨ ਵੀ ਨਹੀਂ ਹੁੰਦਾ, ਅਤੇ ਤੁਸੀਂ ਸਿਆਸੀ ਤੌਰ 'ਤੇ ਵਿਚਰੋਂਗੇ, ਸਭ ਤੋਂ ਵੱਡੀ ਗੱਲ ਪੈਸਾ ਕਿਵੇਂ ਮੈਨੇਜ ਕਰੋਂਗੇ? ਜੀ ਜੇ ਜਜ਼ਬਾ ਅੰਦਰ ਹੋਵੇ ਨਾ ਤਾਂ ਪੈਸੇ ਵਰਗੀਆਂ ਜੰਜੀਰਾਂ ਤੁਹਾਡੇ ਪੈਰਾਂ ਨੂੰ ਰੋਕ ਨਹੀਂ ਸਕਦੀਆਂ, ਤੁਹਾਡੇ ਕਦਮਾਂ ਨੂੰ ਰੋਕ ਨਹੀਂ ਸਕਦੀਆਂ। ਜੇ ਮੈਂ ਜਜ਼ਬਾ ਲੈ ਕੇ ਇੱਕ ਮਿਡਲ ਕਲਾਸ ਫੈਮਿਲੀ ਤੋਂ ਉੱਠ ਕੇ ਇੱਕ ਪਾਰਟੀ ਖੜੀ ਕਰਨ ਦੀ ਸੋਚ ਰਿਹਾ ਹਾਂ, ਖੜੀ ਕੀਤੀ ਹੈ, ਅਤੇ ਪੈਸਾ ਨਾ ਹੋ ਕੇ ਤਾਂ ਮੈਂ ਇਸ ਨੂੰ ਆਪਣੇ ਪੰਜਾਬ ਨੂੰ ਕਿਤੇ ਪਿੱਛੇ ਨਹੀਂ ਲੱਗਣ ਦੇਵਾਂ। ਰਜਿਸਟਰਡ ਕਰਾ ਲਈ ਪਾਰਟੀ? ਜਾਂ ਡੈਫੀਨੇਟਲੀ ਪ੍ਰੋਸੈਸ ਸਾਡਾ ਇਲੈਕਸ਼ਨ ਕਮਿਸ਼ਨ ਤੁਹਾਨੂੰ ਪਰਮਿਸ਼ਨ ਮਿਲ ਚੁੱਕੀ ਆ, ਤੁਸੀਂ ਕੰਪਲੇਂਟ ਕਰ ਸਕਦੇ ਹੋ, ਅਤੇ ਬਾਕੀ ਜਿਹੜਾ ਫਰਦਰ ਸਿੰਪਲ ਪ੍ਰੋਸੈਸ ਹੁੰਦੇ ਨੇ, ਪੇਪਰ ਵਰਕ ਹੁੰਦਾ, ਉਹ ਸਾਡਾ ਚੱਲ ਰਿਹਾ। ਮਤਲਬ 27 'ਚ ਆਉਂਗੇ ਮੈਦਾਨ ਦੇ ਵਿੱਚ, ਵਿਧਾਨ ਸਭਾ ਲੜੋਂਗੇ, ਲੋਕ ਸਭਾ ਨਹੀਂ ਲੜਦੇ? ਹਾਂ, ਵਿਧਾਨ ਸਭਾ ਤਾਂ ਡੈਫੀਨੇਟਲੀ, ਜੇ ਪਾਰਟੀ ਖੜੀ ਕੀਤੀ ਆ ਤਾਂ ਡੈਫੀਨੇਟਲੀ ਇਲੈਕਸ਼ਨ ਲੜਨ ਵਾਸਤੇ ਕੀਤੀ ਆ। ਆਉਣ ਵਾਲੇ ਸਮੇਂ ਦੇ ਵਿੱਚ ਬੇਸ਼ੱਕ ਸਾਡੇ ਕੋਲ ਨਾਮਵਰ ਚਿਹਰੇ ਨਾ ਹੋਣ, ਪਰ ਉਹ ਚਿਹਰੇ ਹੋਣਗੇ ਜਿਹੜੇ ਆਉਣ ਵਾਲੇ ਟਾਈਮ 'ਤੇ ਪੂਰੇ ਦੇਸ਼ ਨੂੰ ਲੀਡ ਕਰਨਗੇ। ਨਾਮਵਰ ਚਿਹਰੇ ਜੇ ਪੈਸੇ ਲੈ ਕੇ ਆ ਗਏ ਬੋਰੇ, ਫਿਰ ਕੀ ਕਰੋਗੇ? ਪੈਸੇ ਕਿਹਨੂੰ ਦੇਣਗੇ? ਤੁਹਾਨੂੰ ਵੀ ਲਓ, ਸਾਨੂੰ ਨਾਲ ਲਓ। ਸਰ ਮੈਂ ਉਹੀ ਤਾਂ ਕਹਿ ਰਿਹਾ ਨਾ ਕਿ ਜੇ ਮੇਰੀ ਮੇਰੇ ਥੋਟਸ ਕਲੀਅਰ ਨੇ ਪੰਜਾਬੀਅਤ ਨੂੰ ਲੈ ਕੇ, ਪੰਜਾਬ ਨੂੰ ਲੈ ਕੇ, ਪੰਜਾਬੀਅਤ ਨੂੰ ਲੈ ਕੇ, ਖਾਣੇ 'ਚ 2 ਫੁਲਕੇ ਨੇ ਹੈ ਨਾ ਜੀ, ਅਤੇ ਮਹਿਲ ਬਣਾ ਕੇ ਵੀ ਅੱਜ ਜਿਹੜੇ ਮਹਿਲਾਂ ਵਾਲੇ ਸੀ ਉਹ ਵੀ ਆਪਾਂ ਦੇਖ ਹੀ ਲਏ ਨਾ ਕਿ ਕੀ ਹਾਲਾਤ ਹੋਈ ਹੈ ਨਾ। ਮਨ ਤਾਂ ਡੋਲ ਹੀ ਜਾਏਗਾ ਨਾ। ਕਿਸ ਤਰ੍ਹਾਂ ਡੋਲ ਜਾਏਗਾ ਜੀ, ਇਹ ਤੁਸੀਂ ਕਹਿ ਸਕਦੇ ਹੋ, ਜਿਸ ਤਰ੍ਹਾਂ ਮੈਂ ਖੜਾ ਹਾਂ, ਜਿਸ ਤਰ੍ਹਾਂ ਮੈਂ ਪੰਜਾਬ ਨੂੰ ਦੇਖਿਆ ਆ, ਕਿ ਇਸ ਤਰ੍ਹਾਂ ਦੇ ਹਾਲਾਤ ਚਾਹ ਕੇ ਵੀ ਨਹੀਂ ਪੈਦਾ ਹੋ ਸਕਦੇ। ਚਲੋ, ਸੁਖਦੇਵ ਸਿੰਘ ਸੰਸਥਾਪਕ ਨੇ ਸਾਡਾ ਪੰਜਾਬ ਸਾਂਝਾ ਪੰਜਾਬ ਪਾਰਟੀ ਦੇ, ਅਤੇ ਗੱਲਾਂ ਜੋ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਚਲੋ, ਲੋਕ ਸਭਾ ਤਾਂ ਨਹੀਂ, ਵਿਧਾਨ ਸਭਾ 'ਚ ਜ਼ਰੂਰ ਇਹ ਪਾਰਟੀ ਤੁਹਾਨੂੰ 117 ਵਿਧਾਨ ਸਭਾ ਹਲਕਿਆਂ ਵਿੱਚ ਖੜੀ ਨਜ਼ਰ ਆਏਗੀ। ਅਤੇ ਜੇ ਗੱਲ ਕੀਤੀ ਹੈ ਕਿ ਤੁਹਾਡੇ ਲੀਡਰਾਂ ਨੇ ਪਹਿਲਾਂ ਪੰਜਾਬ ਨੂੰ ਕੀ ਕੀਤਾ, ਤਾਂ ਇਹੀ ਕਿ ਪਰਿਵਾਰਵਾਦ ਅਤੇ ਨਿੱਜੀ ਹਿੱਤ, ਨਿੱਜੀ ਮੁਫਾਦ ਨੇ ਜਿਹੜੇ ਇਸ ਦਰਿਆਵਾਂ ਦੀ ਧਰਤੀ ਨੂੰ ਖਾਲੀ ਕਰ ਰਹੇ ਨੇ। ਕਿੰਨਾ ਕੁ ਵਿਜ਼ਨ ਇਹਨਾਂ ਸਾਹਮਣੇ ਆਉਂਦਾ, ਕਿੰਨੇ ਕੁ ਲੋਕ ਜੁੜਦੇ ਨੇ, ਦੇਖਣਾ ਬਾਕੀ ਹੈ। ਹੋਰ ਨਵੇਂ ਅਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ। ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ, ਧੰਨਵਾਦ।